ਆਨਲਾਈਨ ਸਲਾਈਡ ਪਿਆਰੇ ਬੱਚਿਓ ਅੱਜ ਮਿਤੀ 3 ਮਈ 2023 ਦਿਨ ਬੁੱਧਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵੈਨਸਡੇ ਕਹਿੰਦੇ ਹਾਂ W E D N E S D A Y ਵੈਨਸਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਬਿਨਾਂ ਕਿਸੇ ਉਮੀਦ ਦੇ ਦੂਜਿਆਂ ਪ੍ਰਤੀ ਦਿਆਲੂ ਬਣੋ ਪਿਆਰੇ ਬੱਚਿਓ ਅਸੀਂ ਸਭ ਪਰਮਾਤਮਾ ਦੀ ਸੰਤਾਨਾਂ ਹਾਂ ਬੱਚਿਓ ਮਨੁੱਖਤਾ ਦੀ ਖਾਤਰ ਸਾਨੂੰ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ ਇੱਕ ਦੂਜੇ ਲਈ ਹਮਦਰਦੀ ਹੋਣੀ ਚਾਹੀਦੀ ਹੈ ਜਦੋਂ ਵੀ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਤਾਂ ਜਿੰਨਾ ਹੋ ਸਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਲੋੜ ਪੂਰੀ ਕਰਨੀ ਚਾਹੀਦੀ ਹੈ ਦੂਸਰਿਆਂ ਪ੍ਰਤੀ ਕਾਈਂਡ ਹੋਣਾ ਚਾਹੀਦਾ ਹੈ ਦੂਸਰਿਆਂ ਪ੍ਰਤੀ ਦਿਆਲੂ ਹੋਣਾ ਚਾਹੀਦਾ ਹੈ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਕਦੇ ਵੀ ਜਹੀ ਗੱਲ ਜਾਂ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੂਸਰੇ ਨੂੰ ਠੇਸ ਪਹੁੰਚਦੀ ਹੈ ਜਾਂ ਕੋਈ ਅਗਲਾ ਵਿਅਕਤੀ ਹਰਟ ਹੁੰਦਾ ਹੈ ਬੱਚਿਓ ਇਹੋ ਜਿਹੀ ਕਾਈਨੈਸ ਦੀ ਭਾਵਨਾ ਦਿਆਲਤਾ ਦੀ ਭਾਵਨਾ ਸਾਨੂੰ ਕਿਸੇ ਮਕਸਦ ਕਿਸੇ ਉਮੀਦ ਤੋਂ ਬਿਨਾ ਕਰਨੀ ਚਾਹੀਦੀ ਹੈ ਬੱਚਿਓ ਜੇਕਰ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦੀ ਲੋੜ ਪੂਰੀ ਕਰਦੇ ਹਾਂ ਜਾਂ ਕਿਸੇ ਪ੍ਰਤੀ ਸਾਡਾ ਬਤਿਹਰਾ ਕਾਈਨੈਸ ਵਾਲਾ ਹੈ ਤਾਂ ਇਸ ਮਗਰ ਸਾਡਾ ਕੋਈ ਲਾਲਚ ਜਾਂ ਉਮੀਦ ਨਹੀਂ ਹੋਣੀ ਚਾਹੀਦੀ ਸੋ ਬੱਚਿਓ ਬਿਨਾਂ ਕਿਸੇ ਉਮੀਦ ਦੇ ਦੂਜਿਆਂ ਪ੍ਰਤੀ ਦਿਆਲੂ ਬੰਨਾ ਚਾਹੀਦਾ ਹੈ ਆਓ ਕਰਦੇ ਆ ਗਿਆਨ ਵਿਗਿਆਨ ਹੁਣ ਤੱਕ ਸਭ ਤੋਂ ਘੱਟ ਉਮਰ ਵਿੱਚ ਨੋਬਲ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਹੈ ਪਿਆਰੇ ਬੱਚਿਓ ਹੁਣ ਤੱਕ ਸਭ ਤੋਂ ਘੱਟ ਉਮਰ ਵਿੱਚ ਨੋਬਲ ਪੁਰਸਕਾਰ ਮਲਾਲਾ ਯੂਸਫ ਜ਼ੈ ਨੇ ਪ੍ਰਾਪਤ ਕੀਤਾ ਹੈ ਪੰਜਾਬ ਵਿੱਚ ਪੰਜਾਬੀ ਯੂਨੀਵਰਸਿਟੀ ਕਿੱਥੇ ਸਥਿਤ ਹੈ ਬੱਚਿਓ ਪੰਜਾਬ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਿਤ ਹੈ ਦੁਨੀਆ ਦੀ ਸਭ ਤੋਂ ਉੱਚੀ ਪਹਾੜ ਚੋਟੀ ਕਿਹੜੀ ਹੈ ਮਾਉਂਟ ਐਵਰੇਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਇੱਕ ਬਰਗ ਦੀਆਂ ਕਿੰਨੀਆਂ ਪਜਾਮਾ ਹੁੰਦੀਆਂ ਹਨ ਬੱਚਿਓ ਇੱਕ ਬਰਗ ਦੀਆਂ ਚਾਰ ਪਜਾਮਾ ਹੁੰਦੀਆਂ ਹਨ ਸਾਡੇ ਸਰੀਰ ਵਿੱਚ ਸਭ ਤੋਂ ਵੱਡੀ ਗਿਆਨ ਇੰਦਰੀ ਕਿਹੜੀ ਹੈ ਚਮੜੀ ਸਾਡੇ ਸਰੀਰ ਦੀ ਸਭ ਤੋਂ ਵੱਡੀ ਗਿਆਨ ਇੰਦਰੀ ਹੈ ਆਓ ਬੁਝਿਏ ਜਾਂ ਅੱਜ ਦੀ ਬੁਝਾਰਤ ਬਾਤ ਪਾਵਾ ਬਤੋਲੀ ਪਾਵਾ ਸੁਨਵੇ ਭਾਈ ਕਾਕੜਿਆ ਇੱਕ ਸ਼ਖਸ਼ ਐਸਾ ਡਿੱਠਾ ਲੰਬੀ ਧੌਂ ਤੇ ਸਿਰ ਆਕੜਿਆ ਪਿਆਰੇ ਬੱਚਿਓ ਜੋ ਅੱਜ ਦੀ ਬੁਝਾਰਤ ਹੈ ਉਸ ਦਾ ਉੱਤਰ ਹੈ ਊਠ ਆਓ ਕਰਦੇ ਹਮ ਵਰਡਸ ਫਾਰ ਪ੍ਰੈਕਟਿਸ ਫਸਟ ਵਰਡ ਇਜ਼ ਰੂਲਰ R U L E R ਰੂਲਰ ਰੂਲਰ ਬੱਚਿਓ ਆਪਾਂ ਫੁੱਟੇ ਨੂੰ ਕਹਿੰਦੇ ਹਾਂ ਚਾਕ C H A L K ਚਾਕ ਚਾਕ ਬੱਚਿਓ ਆਪਾਂ ਲਿਖਣ ਲਈ ਵਰਤੇ ਜਾਂਦੇ ਚਾਕ ਨੂੰ ਕਹਿੰਦੇ ਹਾਂ ਗਲੋਬ G L O B E ਗਲੋਬ ਗਲੋਬ ਨੂੰ ਬੱਚਿਓ ਪੰਜਾਬੀ ਵਿੱਚ ਗਲੋਬ ਜਾਂ ਧਰਤੀ ਦਾ ਮਾਡਲ ਕਹਿੰਦੇ ਹਾਂ M A P ਮੈਪ ਮੈਪ ਬੱਚਿਓ ਨਕਸ਼ਾ ਲਾਸਟ ਵਰਡ ਇਜ਼ ਡੈਸਕ ਡੀ ای ਐਸ ਕੇ ਡੈਸਕ ਡੈਸਕ ਬੱਚਿਓ ਆਪਾਂ ਡੈਸਕ ਨੂੰ ਕਹਿੰਦੇ ਹਾਂ ਪਿਆਰੇ ਬੱਚਿਓ ਅੱਜ ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਜੋ ਵੀ ਤੁਸੀਂ ਅੱਜ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ ਥੈਂਕ ਯੂ ਬੇਟਾ ਜੀ